जय भीम जय भारत। तुसी देख रहे हो अंबेडकर मिशन न्यूज़ चैनल हिम्मत सच दिखाउण दी। ए जो खबर तुहानू दिखाउण जा रहे हां श्री मुक्तसर साहिब तो ए संयुक्त किसान यूनियन वालों दिते गए सद्दे तहत अज श्री मुक्तसर साहिब विच वख-वख जथेबंदियां वालों शहर विच दुकानदारां नू दुकानां खोलण दी अपील कीती गई सी। इस समय एक महा सिंह हाल दे विच मीटिंग कीती गई अते मीटिंग दौरान रोस मार्च कढ़िया गया अते ए रोस मार्च बस स्टैंड श्री मुक्तसर साहिब कोल समाप्त होया। इस समय उन्होंने पंजाब सरकार खिलाफ जम के नारेबाजी की। जिक्र योग है कि इस समय कोई भी दुकानदार अपनी दुकान खोलन वास्ते तैयार नहीं सी। इस समय आगुआ ने दसिया कि कोरोना नू लैके पंजाब सरकार वालों लॉकडाउन लगा के लोगों का कारोबार खोण की कोशिश की जा रही है। लोगों के घर खाने वास्ते राशन नहीं है। इस समय उन्हां सरकार कोलों मंग कीती कि जां तां पंजाब सरकार लोकां दे खात्यां विच पैसे भेजे अते उन्हां नूं राशन दा वी प्रबंध करके देवे। श्री मुक्तसर साहिब तों बलवंत समे वाली दी रिपोर्ट। पंजाब दी हर तरह दी खबर देखण लई साडे चैनल नूं सबसक्राइब लाइक अते शेयर जरूर करो। की नाम है जी? बलविंदर सिंह। मेरा नाम है बलविंदर सिंह खांडे वाला। मैं किसान यूनियन दा। की कारण की हैगा अज जो तुहाडे वल्लों प्रोटेस्ट कर रहे कीता जा रहे हैं? लंबे समय तो जिहड़ी सेंटर सरकार है वो आम लोगों का जिहड़ा जीवना दुब्भर कीता। 3 कानून जिहड़े बना के लैंदे आ जिहदे नाल सारा सिस्टम आ साडा वो तहश नहश हो जाणा है। वो कला किसानों का ही नुकसान नहीं है, उहदे विच मजदूरों का भी है, दुकानदारों का भी है, इत्थों तक कि मोची जुत्तियां कढ़न वाले जिहड़े साडे बच्चों की जिहड़ी पढ़ाई का वो बुरा हाल है। सरकार कहिंदी है जिहड़ी ਵੀ ਉਹ ਸਕੂਲ ਬੰਦ ਕਰ ਦਿੱਤੇ ਜਾਣ, ਪਰ ਠੇਕਿਆਂ ਦੇ ਉੱਤੇ ਉਸੇ ਤਰ੍ਹਾਂ ਹੀ ਜਿਹੜਾ ਰਾਤ ਨੂੰ ਲਾਈਨਾਂ ਲੱਗੀਆਂ ਰਹਿੰਦੀਆਂ, ਠੇਕੇ ਸਾਰੀ ਰਾਤ ਸਾਰਾ ਦਿਨ ਖੁੱਲ੍ਹੇ ਰਹਿੰਦੇ। ਸਾਡੀ ਜਿਹੜੀ ਅੱਜ ਦੀ ਇਹ ਮੰਗ ਆ, ਅੱਜ ਦਾ ਜਿਹੜਾ ਪ੍ਰੋਟੈਸਟ ਹੈ, ਉਹ ਇਹ ਹੈ ਕਿ ਜਿਹੜਾ ਲੋਕਡਾਊਨ ਚੱਲ ਰਿਹਾ ਜਿਹਦੇ ਨਾਲ ਛੋਟੀਆਂ ਦੁਕਾਨਦਾਰੀਆਂ ਜਿਹੜੀਆਂ ਉਹ ਬਿਲਕੁਲ ਤਬਾਹ ਹੋ ਜਾਣੀਆਂ। ਜੇ ਛੋਟੀ ਦੁਕਾਨਦਾਰੀ ਤਬਾਹ ਹੁੰਦੀ ਹੈ ਉਹਨਾਂ ਦੇ ਨਾਲ ਲੱਗੇ ਹੋਏ ਜਿਹੜੇ ਮਜ਼ਦੂਰ ਆ, ਦੁਕਾਨਦਾਰਾਂ ਦੇ ਨਾਲ ਲੱਗੇ ਹੋਏ ਮਜ਼ਦੂਰ ਬੱਚੇ ਆ ਜਿਹੜੇ, ਉਹਨਾਂ ਦੇ ਰੁਜ਼ਗਾਰ ਵੀ ਜਾਣੇ ਆ, ਅਤੇ ਸਾਰਾ ਸਿਸਟਮ ਆ ਜਿਹੜਾ ਸਾਡਾ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਉਹ ਤਹਿਸ਼ ਨਹਿਸ਼ ਹੋ ਗਿਆ। ਇਸ ਕਰਕੇ ਅੱਜ ਸਾਡਾ ਸੰਯੁਕਤ ਮੋਰਚੇ ਵੱਲੋਂ ਫੈਸਲਾ ਹੈ ਕਿ ਇਸ ਲੋਕਡਾਊਨ ਨੂੰ ਤੋੜਦੇ ਹੋਏ ਅਸੀਂ ਐਲਾਨ ਕਰਾਂਗੇ ਕਿ ਦੁਕਾਨਾਂ ਜਿਹੜੀਆਂ ਅੱਜ ਤੋਂ ਬਾਅਦ ਜਿਹੜੀਆਂ ਖੁੱਲ੍ਹੀਆਂ ਰਹਿਣਗੀਆਂ। ਸਾਡੀ ਇਹ ਸਰਕਾਰ ਤੋਂ ਮੰਗ ਹੈ ਵੀ ਜੇ ਉਹ ਦੁਕਾਨਾਂ ਸਾਡੇ ਇਸ ਪ੍ਰੋਟੈਸਟ 'ਤੇ ਖੋਲ੍ਹ ਦੇਣਗੇ ਤਾਂ ਠੀਕ ਹੈ, ਨਹੀਂ ਤਾਂ ਜਿਹੜਾ ਹੋਰ ਵੀ ਤਿੱਖੇ ਰੂਪ ਦੇ ਵਿੱਚ ਜਿਹੜੇ ਸੰਘਰਸ਼ ਕੀਤੇ ਜਾਣ। ਸਰ ਅੱਜ ਜਿਹੜੇ ਦੁਕਾਨਦਾਰਾਂ ਵੱਲੋਂ ਤੁਹਾਨੂੰ ਕੋਈ ਸਮਰਥਨ ਦਿੱਤਾ ਗਿਆ? ਦੇਖੋ ਦੁਕਾਨਦਾਰਾਂ ਨੇ ਜਿਹੜਾ ਉਹ ਸਮਰਥਨ ਇਹ ਹੈ, ਕੱਲ੍ਹ ਅਸੀਂ ਬੁਲਾਏ ਸੀ ਉਹਨਾਂ ਦਾ, ਕੱਲ੍ਹ DC ਦੇ ਨਾਲ ਜਿਹੜਾ ਹੈਗਾ ਉਹ ਮੀਟਿੰਗ ਹੋ ਗਈ ਸੀ, ਉਹਨਾਂ ਦੀ ਜਿਹੜੀ ਸੈਟਿਸਫੈਕਸ਼ਨ ਹੋ ਗਈ ਉੱਥੇ। ਪਰ ਉਹਦੇ ਵਿੱਚ ਕਿੰਨੇ ਕੁ ਦੁਕਾਨਦਾਰ ਸੀਗੇ ਉਹਦੇ ਵਿੱਚ ਜਿਹੜੇ ਮੇਨ ਮੇਨ? ਕੀ ਕਾਰਨ ਹੈਗਾ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਪ੍ਰੋਟੈਸਟ ਇਸ ਕਰਕੇ ਕੀਤਾ ਜਾ ਰਿਹਾ ਵੀ ਜਿਹੜੀਆਂ ਦੁਕਾਨਾਂ ਬੰਦ ਨੇ, ਜਿਹੜਾ ਸਰਕਾਰ ਨੇ ਲੋਕਡਾਊਨ ਹੈ, ਅਸੀਂ ਸਮਝਦੇ ਕਿ 86 ਲੋਕਡਾਊਨ ਜੀ ਇਹ ਦੇਖੋ, ਅਸੀਂ ਕਹਿੰਦੇ ਕਿ ਸਰਕਾਰ ਜੇ ਸਮਝਦੀ ਹੈ ਕਿ ਜ਼ਰੂਰੀ ਹੈ ਤਾਂ ਸਰਕਾਰ ਨੂੰ ਘੱਟੋ ਘੱਟ ਜਿਹੜੇ ਗਰੀਬ ਲੋਕ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਹੁਣ ਤੁਸੀਂ ਦੇਖੋ ਅਮੈਰੀਕਾ ਵਰਗੇ ਦੇਸ਼ ਹੈ, ਕਨੇਡਾ ਵਰਗੇ ਦੇਸ਼ ਹੈ, ਉਹਨਾਂ ਨੇ ਆਪਣੀ GDP ਦਾ ਯਾਨੀ ਜੇ 100 ਰੁਪਈਆ ਕੋਲ ਉਹਨਾਂ ਦੀ ਆਮਦਨ ਹੈ ਨਾ, ਤਾਂ 20 ਰੁਪਈਏ ਉਹਨਾਂ ਨੇ ਲੋਕਾਂ ਦੇ ਖਾਤਿਆਂ ਦੇ ਵਿੱਚ ਲੋਕਾਂ ਵਾਸਤੇ ਸਿਹਤ ਸਹੂਲਤਾਂ ਵਾਸਤੇ ਲਾਏ, ਅਤੇ ਸਾਡੀ ਸਰਕਾਰ ਨੇ 3% ਵੀ ਨਹੀਂ। ਹੁਣ ਜੇ ਸਰਕਾਰ ਇੰਨੀ ਸਿੰਸੀਅਰ ਹੋਵੇ ਤਾਂ ਤੁਸੀਂ ਦੇਖੋ ਵੀ ਸਿਹਤ ਸਹੂਲਤਾਂ ਦਾ ਅੱਜ ਹਾਲ ਕੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰੀ ਹਸਪਤਾਲ ਨਹੀਂ ਹੈ, ਜੇ ਹਸਪਤਾਲ ਹੈ ਤਾਂ ਉੱਥੇ ਡਾਕਟਰ ਨਹੀਂ ਹੈ, ਡਾਕਟਰ ਹੈ ਤਾਂ ਦਵਾਈਆਂ ਨਹੀਂ ਹੈ, ਵੈਂਟੀਲੇਟਰ ਨਹੀਂ ਹੈ, ਆਕਸੀਜਨ ਨਹੀਂ ਹੈ, ਬੈੱਡ ਨਹੀਂ ਹੈ, ਯਾਨੀ ਸਰਕਾਰ ਸੀਰੀਅਸ ਨਹੀਂ। ਹੁਣ ਕਿਊਬਾ ਇੱਕ ਛੋਟਾ ਜਿਹਾ ਦੇਸ਼, ਚਿੜੀ ਦੇ ਪਹੁੰਚੇ ਜਿੱਡਾ ਦੇਸ਼ ਸਾਡੇ ਮੁਕਾਬਲੇ, ਉੱਥੇ 200 ਲੋਕਾਂ ਪਿੱਛੇ ਇੱਕ ਡਾਕਟਰ ਹੈ ਜੀ, ਔਰ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਡਾਕਟਰ ਜਾ ਰਹੇ ਹੈ, ਅਤੇ ਸਾਡੇ 50,000 ਦੀ ਆਬਾਦੀ ਪਿੱਛੇ ਵੀ ਇੱਕ ਡਾਕਟਰ ਨਹੀਂ। ਸਾਡੇ ਇੱਥੇ ਤੁਸੀਂ ਦੇਖ ਲਓ ਕਿਹੜਾ ਹਸਪਤਾਲ, ਸਰਕਾਰੀ ਹਸਪਤਾਲ ਇੱਥੇ ਰਜਿੰਦਰਾ ਹਸਪਤਾਲ ਫਰੀਦਕੋਟ ਹੈ, ਯਾਨੀ ਘੱਟੋ ਘੱਟ ਜਿਹੜਾ ਹੈਗਾ 7 ਜ਼ਿਲ੍ਹਿਆਂ ਵਾਸਤੇ ਇੱਕ ਹਸਪਤਾਲ ਹੈ। ਇਸ ਕਰਕੇ ਮਤਲਬ ਜੇ ਸਰਕਾਰ ਸਿੰਸੀਅਰ ਹੈਗੀ ਹੈ, ਸੁਹਿਰਦ ਹੈਗੀ ਹੈ ਲੋਕਾਂ ਪ੍ਰਤੀ ਸੋਚਦੇ, ਤਾਂ ਉਹਨਾਂ ਨੂੰ ਸਿਹਤ ਦਾ ਬਜਟ ਬਣਾਉਣਾ ਚਾਹੀਦਾ, ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਚਾਹੀਦੀਆਂ। ਅਤੇ ਲੋਕ ਜਿਹੜੇ ਹੈਗੇ ਆ, ਹੁਣ ਜੇ ਤੁਸੀਂ ਉਹਨਾਂ ਨੂੰ ਡਰਾ ਕੇ ਅੰਦਰ ਵੜੋਗੇ ਤਾਂ ਉਹਨਾਂ ਦੇ ਬੱਚੇ ਨੇ ਉਹ ਆਪ ਨੇ ਕਿੱਥੋਂ ਗੁਜ਼ਾਰਾ ਕਰਨਗੇ ਜੀ? ਭੁੱਖੇ ਮਰਨਗੇ ਉਹ। ਅੱਜ ਹੀ ਮੈਂ ਇੱਕ ਅੰਕੜੇ ਪੜ੍ਹ ਰਿਹਾ ਸੀਗਾ, ਆਹ ਪਿਛਲੇ ਮਹੀਨੇ ਦੇ ਵਿੱਚ ਯਾਨੀ ਅਪ੍ਰੈਲ ਦੇ ਵਿੱਚ ਹੀ ਦੇਸ਼ ਦੇ ਅੰਦਰ 10 ਕਰੋੜ ਲੋਕਾਂ ਦੀਆਂ ਬਾਈ ਜੀ ਜਿਹੜੀਆਂ ਨੌਕਰੀਆਂ ਚਲੀਆਂ ਗਈਆਂ।
23 करोड़ लोग गरीबी रेखा तो हेठ चले गए आ दो महीने। की नाम है जी? मैं भारतीय किसान यूनियन एकता ग्रां का जिला जनरल सकत्तर गुरभगत सिंह भलाईवाल। गुरभगत जी, अज तुहाडे वल्लों प्रोटेस्ट किया जा रहा दुकानदारों के हक के विच, की कहना चाहूंगे? अज जो संयुक्त मोर्चा भारत पद से जो बनया वो सदे से भारतीय किसान यूनियन एकता ग्रां ने तालमेल तो इतों के मुक्तसर श्री मुक्तसर साहब अज असी जो फैसला किया सारिया जथेबंदियों भरातरी जथेबंदियों मिल के दुकानदारों मिल के असी शहर वासियों दसांगे तो दुकानदारों जोड़ के तो मुजहरा करांगे तो वो असी तैयारी कर रहे हैं। सो इत बोल के साडे बुलारे बोली जा रहे हैं। इतों असी जिहड़ा रूट बनाया असी बस शहर के बीच होंदे हुए बस अड्डे से पहुँच के असी अज की समाप्ति करांगे। असी समझते हैं कि जो पंजाब सरकार ने ते हरियाणा सरकार ने लॉकडाउन लाता होर स्टेटा भी इसकी तैयारी कर रखी है। सो यह जिहड़ा करोना बीमारी है ये महाबीमारी 2020 दे विच ही आ गई सी। उदों साडी जिहड़ी केंद्र सरकार सी उन्हें जिहड़े दे पूरे प्रबंध करने सीगे जां वेंटीलेटर जां आक्सीजन जां जिहड़ियां दवाइयां उन्हां दा प्रबंध तां की करना जिहड़ियां किट्टां वगैरह बाहरों आईयां सीगियां 10 लाख दे करीब वो इन्हां ने एक घपला भी होया उहदे च ते इन्हां ने वापस करतियां। वड्डी पद्धर ते बाहरले मुल्कां नूं जिहड़ियां हिंदुस्तान दे विच इहो जिही बीमारी नूं खत्म करन वालियां उह दवाइयां बाहर भेजियां गईयां। सर, एक जिहड़ा सरकार वल्लों डीसीए नूं आर्डर दित्ते गए कि आपदे जिले दे फैसले खुद लै सकदे उहदे बारे की कहणा चाहुंदे? अज जो ये सारे जिलों के खुद फैसले वाली गल आई है ये साडियां जिन्नियां दुकानदारां ने जिन्ना शहरां दे विच रौला पाया पंजाब दे विच रौला पाया तो इस गल्ल